ਮਾਂ ਬਾੜ ਨੰਬਰ 10 ਜਲਾ ਪਟਾਲਾ ਔਰ ਤਸਵੀਰ ਰਾਜਪੁਰਾ ਮੈਂ ਜੋਗੀ नाथ सपेरा ਮੇਰੇ ਨਾਮ शिवनाथ להਰੀਏ ਜੀ ਔਰ ਮੇਰੇ ਨਾਮ ਸਾਡੇ ਜਿੰਨਾ ਵੀ ਬ리아ਦਰੀ ਦੇ ਵਿੱਚ ਸਾਡੇ नाथ ਜੋਗੀ ਨੇ ਸਪੇਰੇ ਨੇ ਉਹ ਸਾਡੇ ਸ਼ੁਰੂ ਤੋਂ ਲਾ ਕੇ ਸ਼ੁਰੂ ਤੱਕ ਇਹਨਾਂ ਚੀਜ਼ਾਂ ਨਾਲ ਬੀਨਾ ਨਾਲ ਔਰ ਸਪਾਣ ਦੇ ਨਾਲ ਸਾਡੇ ਖੇਲਦੇ ਚਲੇ ਆਏ ਨੇ ਕਈ ਦਫਾ ਸਾਨੂੰ ਸਪਾਣੇ ਫਰਜ਼ੋ ਫਰਜ਼ੋ ਵੀ ਮਾਰਦਾ ਸਾਡੇ ਜੋਗੀ ਨਾਥਾ ਸਪੇਰਾ ਨੂੰ ਗਾਂ ਜਿਹੜੀ ਸਾਡੀਆਂ ਹੁਣ ਦੰਦੀਆਂ ਨੇ ਉਹ ਸਾਡੀਆਂ ਦੰਦੀਆਂ ਮਤਲਬ ਇਹਨਾਂ ਬੀਨਾ ਨੂੰ ਨਹੀਂ ਮਤਲਬ ਹੁਣ ਬਾਜ਼ਾਰ ਅੱਗੇ ਇਹ ਜਿਹੜਾ ਮਤਲਬ ਪੁਰਾਣੇ ਸਾਜ਼ ਇਹ ਸਾਨੂੰ ਡਾਇਰੈਕਟਰ ਵੀ ਕਹਿੰਦੇ ਨੇ ਕਿ ਮਤਲਬ ਪੁਰਾਣੇ ਸਾਜ਼ਾਂ ਨੂੰ ਮਤਲਬ ਚੱਲਣਾ ਚਾਹੀਦਾ ਪਰ ਅੱਜ ਕੱਲ ਦੀ ਜਿਹੜੀ ਦੰਦੀਆਂ ਨੇ ਸਿੱਖਦੀਆਂ ਕੋਈ ਨਹੀਂ ਹੈਗੀਆਂ ਤੇ ਬਾਕੀ ਹੁਣ ਸਾਡੇ ਕੋਲ ਜਿਹੜੇ ਪੁਰਾਣੇ ਮਤਲਬ ਰਵਾਜ ਨੇ ਸਾਡੇ ਕੋਲ ਚੱਲ ਰਹੇ ਨੇ ਇਹ ਸਾਡੀ ਦੇ ਵਿੱਚ ਰੋਟੀ ਪਾਣੀ ਗੁਜ਼ਾਰਾ ਸਾਡਾ ਟਾਈਮ ਪਾਸ ਜਦ ਨਾਲ ਬੜੀ ਨਿਕਲਦਾ ਔਰ ਇਹਨਾਂ ਨਾਲ ਸਾਡੇ ਆਪ ਦੇ ਘਰਾਂ ਦੇ ਵਿੱਚ ਬੱਥੇ ਵਿਆਹ 사ਧੀਆਂ ਕਰੀਆਂ ਬੱਤਿਆਂ ਦੀਆਂ ਦਵਾਈਆਂ ਬੂਟੀਆਂ ਕੱਪੜੇ ਲੀੜੇ ਸਾਨੂੰ ਦਿੱਤੇ ਸਾਨੂੰ ਲੋਕਾਂ ਦੇ ਸੰਯੋਗ ਵੀ ਬਹੁਤ ਵੱਡੇ ਤੋਂ ਵੱਡੇ ਮੇਲੇ ਨੇ ਅੱਜ ਵੀ ਅਸੀਂ ਇੱਥੇ ਬੈਠੇ ਹਾਂ ਆਪਣੇ ਪਟਿਆਲੇ ਦੇ ਵਿੱਚ ਸਾਡਾ ਆਵਾਜ਼ਾਂ ਦੇ ਵਿੱਚ ਜੋ ਵੀ ਗਲਤੀ ਸਲਤੀ ਆਏਗੀ ਤਾਂ ਮaaf ਕਰਨਾ ਜੀ ਬਾਕੀ ਐਦਾਂ ਕੰਮ ਹੈ ਹੁਣ ਸਾਡੇ ਮਤਲਬ ਇਹ ਡਾਇਰੈਕਟਰ ਜੀ ਖੜੇ ਨੇ ਸਾਡੇ ਸਾਹਮਣੇ ਸਾਡੀ ਰਿਕਾਰਡਿੰਗ ਵੀ ਲੈ ਰਹੇ ਨੇ ਤੇ ਖੁਦ ਸਾਡੀਆਂ ਗੱਲਾਂ ਦਾ ਵਿਚਾਰ ਵੀ ਲੈ ਰਹੇ ਨੇ ਇਹ ਜਿਹੜੇ ਸਾਡੇ ਮਤਲਬ ਕਾਣੀ ਪਾਸ ਦੇ ਮਤਲਬ ਕਾਣੀ ਪਾਏ ਨਾ ਸਾਡੀ ਕਾਣੀ ਪਾਸ ਦੀ ਮੰਦਰ ਨੀਚੇ ਹੁੰਦੀ ਜਿੱਦਾਂ ਮਤਲਬ ਸਾਡੀ ਇਹ ਮੰਦਰ ਹੈ ਸਾਡੀ ਨੀਚੇ ਮੰਦਰ ਹੁੰਦੀ ਇਹ ਜਿਹੜੇ ਸਾਡੇ ਤੋਂ ਮਤਲਬ ਉੱਚੀ ਗੱਦੀ ਤੇ ਨੇ ਜੀ ਉਹਨਾਂ ਦੀ ਮਤਲਬ ਮੰਦਰ ਮਤਲਬ ਉੱਤੇ ਹੁੰਦੀ ਉਹਨਾਂ ਦੇ ਉੱਪਰ ਕੰਨ ਪਾਟੇ ਜਾਂਦੇ ਨੇ ਉਹ ਥੋੜੇ ਸਾਡੀ ਗੱਦੀ ਨਾਲੋਂ ਉੱਤੇ ਨੇ ਅਸੀਂ ਕਾਣੀ ਪਾਸ ਦੇ ਨਾਥ ਜੋਗੀ ਹਾਂ ਜੀ ਜੋ ਕਾਨਪਾਟ ਨੇ ਨਾ ਜੋ ਉਹਨਾਂ ਦੇ ਕੰਨ ਉੱਪਰੋਂ 파ਟੇ ਹੁੰਦੇ ਉਹਨਾਂ ਦੇ ਉੱਪਰ ਮੰਦਰ ਹੁੰਦੀਆਂ ਨੇ ਠੀਕ ਹੈ ਉੱਪਰ ਸਾਡੀ ਮਤਲ ਥੱਲੇ ਮੰਦਰ ਹੁੰਦੀ ਜਿੱਥੇ ਪਣੀ ਦੀ ਥੋੜੇ ਨਾ ਇੱਥੇ ਸਾਡੀ ਮੰਦਰ ਹੁੰਦੀ ਸਾਡੇ ਮਤਲ ਉੱਥੇ ਘੱਟ ਤੋਂ ਘੱਟ 8-7 ਘਰ ਨੇ ਦੇ ਉੱਥੇ ਮਤਲ ਸਵੇਰਿਆਂ ਦੇ ਨਾ ਨਾਥਾਂ ਦੇ ਜੋਗੀਆਂ ਆ ਜੋ ਜੋਗੀਆਂ ਦੇ ਬਾਕੀ ਹੁਣ ਮਤਲ ਹੋਰ ਵੀ ਕੋਮਾਂ ਮਤੇ ਰਹੀਆਂ ਉੱਥੇ ਰਹਿ ਰਹੀਆਂ ਨੇ ਅਸੀਂ ਹੁਣ ਇਸ ਟਾਈਮ ਸਾਡੇ ਬੰਦੇ ਮਤਲ ਘੱਟ ਤੋਂ ਘੱਟ 20-25 ਬੰਦੇ ਸੀ ਜਿਹੜੇ ਗੁਜ਼ਰਗਾ ਔਰ ਸਪਾਣੇ ਮਾਰਦੇ ਔਰ ਹੁਣ ਇਹਨਾਂ ਦੇ ਵਿੱਚੋਂ ਅਸੀਂ ਚਾਰਕ ਬੰਦੇ ਮਤਲਬ ਇੱਥੇ ਅਸੀਂ ਆਪਣੇ ਕਨੌਰ ਵਾਰਡ ਨੰਬਰ 10 ਦੇ ਵਿੱਚ ਰਹਿ ਰਹੇ ਆ ਇਹ ਬੀਨ ਜੀ ਮੈਂ ਆਪਣੇ ਮਤਲਬ ਆਪਣੇ ਲੁਧਿਆਣਾ ਅੰਬਰਸਰ ਇਧਰ ਵੀ ਮੈਨੂੰ ਬੁਲਾਇਆ ਪੰਜਾਬ ਦੇ ਮਤਲਬ ਗਿੱਦੇ ਪੰਖੜਿਆਂ ਦੇ ਵਿੱਚ ਔਰ ਬਾਕੀ ਮਤਲਬ ਲੋਕਾਂ ਨੇ ਸਾਡੀ ਬੀਨ ਸੁਣੀ ਸਾਨੂੰ ਨਾਮ ਕ ਨਾਮ ਵੀ ਮਿਲੇ ਨੇ ਉੱਥੇ ਸਾਨੂੰ ਘਾਟ ਆਡੈਂਟੀ ਗਾਰਡ ਵੀ ਮਿਲਣ ਸਾਨੂੰ ਬਾਹਰ ਫਿਰਨ ਕੋ ਮੰਦੇ ਨੇਪਾਲ ਵੀ ਗਏ ਅਸੀਂ ਨੇਪਾਲ ਵੀ ਉਧਰ ਨੇਪਾਲ ਜਾਣੇ ਆਂ ਜੀ ਉਧਰੋਂ ਅਸੀਂ ਨੇਪਾਲ ਦੇ ਵਿੱਚ ਜਾਣੇ ਆਂ ਉਧਰ ਉਧਰ ਸਾਨੂੰ ਮਤਲਬ ਬੜੇ ਸੁਣਦੇ ਨੇ ਲੋਕ ਫਿਰ ਇੱਧਰ ਅਸੀਂ ਪਹਾੜੀ ਦੇ ਵਿੱਚ ਚਲੇ ਜਾਣੇ ਆਂ ਜੰਮੂ ਕਸ਼ਮੀਰ ਬਾਂਦਰਬਾਲ ਡੋੜਾ ਪੁਨਰ ਜ਼ੌਰੀ ਸਿਮਲਾ ਸਪਾਟੂ ਇਧਰੋਂ ਸਾਡੇ ਬੜੇ ਪਸੰਦ ਕਰਦੇ ਨੇ ਨਾ ਲੋਕਾਂ ਨੂੰ ਸਾਡੀਆਂ ਬਿਨਾਂ ਬੜੀਆਂ ਸੋਹਣੀਆਂ ਲੱਗਦੀ ਨੇ ਸਾਡਾ ਬੜਾ ਅੱਛਾ ਟਾਈਮ ਗੁਜ਼ਾਰਾ ਨਿਕਲਦਾ ਸਾਡੀ ਦੁਕਾਨਦਾਰੀ ਔਰ ਸਾਡੀ ਮਤਲ ਸਮਝ ਲਓ ਜੀ ਕਿਸਾਨ ਲੋਕਾਂ ਨੂੰ ਇਹ ਜਾਇ ਜਾਤ ਹੈ ਔਰ ਸਾਡੀ ਇਹ ਮਤਲ ਖੇਤੀ ਹੈ ਜੋ ਬੀਨ ਹੈ ਨਾ ਜਿਹੜੀ ਇਹ ਸਾਡੀ ਖੇਤੀ ਹੈ ਇਸ ਦੇ ਸਿਰ ਦੇ ਉੱਤੇ ਜਸੀਂ ਕੁਮਾਰਾਂ ਖਾਰਾਂ ਜੋ ਵੀ ਅਸੀਂ ਪੁਰਾਣੇ ਬੰਦੇ ਆ